नहीं दोनों नु पिछल जाके ना फट के दब दी। वैसे आंटी जी हुणे हुणे अपनी पुलिस दी गल नहीं सी, ओहनां नू कॉल कर लो। सत श्री अकाल जी। सत श्री अकाल जगदेश्वर। तू? हां जी पिता। अब गल ता सुन ला, ए जबर जंग सिंह जी दा पुत्तर है, वलसल वाले बहुत वधिया बंदे है। मैं ता थोनू घंटे तो कही आंटी जी भी मैं खानदानी मुंडा जी। ए मेरे वड्डे वीर जी ने। थले बैठ। हां बैठ थले। जिस हिसाब नाल तू मिट्टी पलीत करन लग्या ना, खानदानी तां छेती मुका देंगे। इन्हां वल्लों मैं माफी मांगदा जी। ਤੁਸੀਂ ਇਹਨਾਂ ਦੇ ਖਿਲਾਫ ਜੋ ਵੀ ਸਖਤ ਐਕਸ਼ਨ ਲੈਣਾ ਲੈ ਸਕਦੇ ਹੋ। ਐਕਸ਼ਨ ਤਾਂ ਹੁਣ ਤਾਇਆ ਜੀ ਲੈਣਗੇ, ਆ ਰਹੇ ਨੇ। ਨਹੀਂ ਨਹੀਂ ਵੀਰ ਜੀ, ਇਹ ਤਾਂ ਤੁਹਾਨੂੰ ਬਹੁਤ ਟਾਈਮ ਪਹਿਲਾਂ ਤੋਂ ਦੱਸਣਾ ਚਾਹੁੰਦੇ ਸੀ, ਤੁਹਾਡੇ ਤੋਂ ਡਰਦੇ ਸੀ। ਕੌਣ ਹੈ ਜੋ ਮੇਰੀ ਫੁੱਲ ਵਰਗੀ ਭਤੀਜੀ ਨੂੰ ਵਰਗਲਾ ਕੇ ਲੈ ਕੇ ਜਾ ਰਿਹਾ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਨਹੀਂ ਜਗਤੇਸ਼ਵਰ ਸਿੰਘ ਮੇਰੇ ਦੋਸਤ, ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ। ਨਹੀਂ ਬਾਈ ਜੀ, ਤੁਸੀਂ ਗਲਤ ਸਮਝ ਰਹੇ ਹੋ, ਮੈਂ ਕਾਹਨੂੰ ਆ ਜੀ ਛੋਟਾ ਭਰਾ। ਜਗਦੇਸ਼ਵਰ ਸਿੰਘ ਮੇਰੇ ਪਾਸ ਆ। ਜਗਦੇਸ਼ਵਰ ਅਸੀਂ ਬਹੁਤ ਮੁਸ਼ਕਲ ਚ ਆ ਗਏ ਮੇਰੇ ਦੋਸਤ। ਕਿਹੜੀ ਬਾਈ ਜੀ? ਗਲੋਬਲ ਵਾਰਮਿੰਗ ਮੇਰੇ ਦੋਸਤ। ਵਿਗਿਆਨ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਬੇਲੋੜਾ ਉਪਯੋਗ ਹੋਣਾ ਮਨੁੱਖਤਾ ਤੇ ਜੀਵ ਜੰਤੂ ਨੂੰ ਤਬਾਹ ਕਰ ਰਿਹਾ ਮੇਰੇ ਦੋਸਤ। ਜਿਸ ਨੇ ਪ੍ਰਕਿਰਤੀ ਅਤੇ ਜਨ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ। ਸਹੀ ਗੱਲ ਹੈ ਜੀ। ਕੁੜੀ ਬਾਰੇ ਸੋਚ ਲਈਏ, ਸ਼ਾਦੀ ਕੋਈ ਉਪਲਬਧੀ ਨਹੀਂ ਹੈ। ਘਰੋਂ ਭੱਜ ਕੇ ਵਿਆਹ ਕਰਵਾ ਲੈਣਾ, ਕੋਰਟ ਮੈਰਿਜ ਕਰਵਾਉਣੀ, ਕੋਈ ਉਪਲਬਧੀ ਨਹੀਂ ਹੈ ਬੇਟੇ। ਉਪਲਬਧੀ ਹੈ ਅਲਬਧੀ ਖੋਜ ਕਰਨਾ। ਉਪਲਬਧੀ ਹੈ ਮਨੁੱਖ ਦੀ ਪ੍ਰਵਿਰਤੀਆਂ ਦਾ ਪੜਤੋਲ ਕਰਨਾ। ਇਹ ਬੁੱਕ ਪੜ੍ਹ ਤੇ ਫੇਰਿਆਂ ਤੋਂ ਪਹਿਲਾਂ ਇਹਦਾ ਧਿਆਨ ਕਰਕੇ ਮੇਰੇ ਨਾਲ ਡਿਸਕਸ਼ਨ ਕਰੋ ਬੇਟਾ। ਕੀ ਹੋਇਆ?